ਹੋ ਗਏ 7-8 ਸਾਲ ਹੋ ਗਏ 10 ਸਾਲ ਤੇ 7-8 ਸਾਲ ਦੇ ਦਰਮਿਆਨ ਉਹ ਤੁਹਾਡੇ ਤੋਂ ਆਇਆ ਕਦੀ ਗੱਲਬਾਤ ਕੀਤੀ ਉਹਨੇ ਨਾ ਸਾਡੇ ਕੋਲ ਨਹੀਂ ਆਉਂਦਾ ਹੈ ਅੱਛਾ ਜੀ ਹਾਂਜੀ ਤੇ ਇਹ ਮਤਲਬ ਗੱਲ ਕਰੀਏ ਪਹਿਲਾਂ ਵੀ ਕੋਈ ਕ੍ਰਾਈਮ ਕਰੂਮ ਕਰਦਾ ਜਿਵੇਂ ਲੁੱਟਾ ਖੋਹਾਂ ਕਰਦਾ ਸੀ ਕਿ ਹੁਣ ਹੀ ਮਤਲਬ ਹੋਇਆ ਸੀ ਪਤਾ ਨਹੀਂ ਜੀ ਪਹਿਲਾਂ ਕਰਦਾ ਸੀ ਕਿ ਨਹੀਂ ਕਰਦਾ ਸਾਨੂੰ ਨਹੀਂ ਇਹਦੇ ਬਾਰੇ ਤੇ ਇਹ ਤੁਸੀਂ ਬੇਦਖਲ ਕੀਤਾ ਤੁਸੀਂ ਕਹਿ ਰਹੇ ਹੋ 7-8 ਸਾਲ ਪਹਿਲਾਂ ਬੇਦਖਲ ਕਰਤਾ ਤੇ ਕਾਰਨ ਕੀ ਰਿਹਾ ਕਾਰਨ ਆਹੀ ਹਰਕਤਾਂ ਕਰਦਾ ਲੜਾਈ ਝਗੜੇ ਕਰਦਾ ਸੀ ਬੰਦਿਆਂ ਦੇ ਮਾਰ ਕੁੱਟ ਕਰਦਾ ਸੀ ਤੇ ਇਹਦੇ ਕਰਕੇ ਆਪਾਂ ਬੇਦਖਲ ਕਰਤਾ ਤੇ ਮਤਲਬ ਸ਼ੁਰੂ ਤੋਂ ਹੀ ਨਹੀਂ ਸੀਗਾ ਜੀ ਬਿਲਕੁਲ ਹੀ ਨਾ ਜੀ ਵਿਆਹ ਹੋ ਰਿਹਾ ਬੱਚੇ ਉਹਦੇ ਦੋ ਅੱਛਾ ਹਾਂਜੀ ਅੱਡ ਕੀਤਾ ਹੋਇਆ ਸੀਗਾ ਜੀ ਕਿੰਨੇ ਭੈਣ ਭਰਾ ਨੇ ਇਹਦੇ ਬਾਰੇ ਜਨਾਬ ਮੈਨੂੰ ਨੀ ਪਤਾ ਕੋਈ ਮੈਂ ਝੂਠ ਨੀ ਆ ਜਾਂਦਾ ਮੈਂ ਦੇਖੇ ਨੀ ਜਦੋਂ ਅੱਖੀ ਦੇਖੇ ਨੀ ਮੈਂ ਕਹਿ ਕਿਵੇਂ ਸਕਦਾ ਸਾਨੂੰ ਤਾਂ ਮਹਾਰਾਜ ਖਬਰਾਂ ਚੱਲਣ ਡਈਆਂ ਸਵੇਰ ਦੀਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਹ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਗਿਰੀ ਦਾ ਕਰਦਾ ਜੀ ਸਰ ਕਿੱਥੇ ਰਹਿੰਦੇ ਕਿੱਥੇ ਹੋ ਜੀ ਇੰਦਰਾ ਕਲੋਨੀ ਮਾਛੀਵਾੜਾ ਸਾਹਿਬ ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਜਾਂ ਅੱਡ ਰਹਿੰਦਾ ਸੀ ਉਹ ਅੱਡ ਰਹਿੰਦਾ ਸੀ ਅੱਛਾ ਜੀ ਕਿੰਨੇ ਕੁ ਸਮੇਂ ਤੋਂ ਸਰ ਤੁਹਾਡੀ ਵਾਈਫ ਤੇ ਬੱਚੇ ਨਾਲ ਹੀ ਸੀਗੇ ਜਾਂ ਇਹਦੇ ਨਾਲ ਹੀ ਸੀਗੇ ਜਾਂ ਤੁਹਾਡੇ ਨਾਲ ਨਹੀਂ ਬੱਚੇ ਉੱਥੇ ਰਹਿੰਦੇ ਸੀ ਪਾਤੜੇ ਹੀ ਰਹਿੰਦੇ ਕਿਤੇ ਹੋ ਗਏ 7-8 ਸਾਲ ਹੋ ਗਏ 10 ਸਾਲ ਤੇ 7-8 ਸਾਲ ਦੇ ਦਰਮਿਆਨ ਉਹ ਤੁਹਾਡੇ ਤੋਂ ਆਇਆ ਕਦੀ ਗੱਲਬਾਤ ਕੀਤੀ ਉਹਨੇ ਨਾ ਸਾਡੇ ਕੋਲ ਨਹੀਂ ਆਉਂਦਾ ਹੈ ਅੱਛਾ ਜੀ ਹਾਂਜੀ ਤੇ ਇਹ ਮਤਲਬ ਗੱਲ ਕਰੀਏ ਪਹਿਲਾਂ ਵੀ ਕੋਈ ਕ੍ਰਾਈਮ ਕਰੂਮ ਕਰਦਾ ਜਿਵੇਂ ਲੁੱਟਾ ਖੋਹਾਂ ਕਰਦਾ ਸੀ ਕਿ ਹੁਣ ਹੀ ਮਤਲਬ ਹੋਇਆ ਸੀ ਪਤਾ ਨਹੀਂ ਜੀ ਪਹਿਲਾਂ ਕਰਦਾ ਸੀ ਕਿ ਨਹੀਂ ਕਰਦਾ ਸਾਨੂੰ ਨਹੀਂ ਇਹਦੇ ਬਾਰੇ ਤੇ ਇਹ ਤੁਸੀਂ ਬੇਦਖਲ ਕੀਤਾ ਤੁਸੀਂ ਕਹਿ ਰਹੇ ਹੋ 7-8 ਸਾਲ ਪਹਿਲਾਂ ਬੇਦਖਲ ਕਰਤਾ ਤੇ ਕਾਰਨ ਕੀ ਰਿਹਾ ਕਾਰਨ ਆਹੀ ਹਰਕਤਾਂ ਕਰਦਾ ਲੜਾਈ ਝਗੜੇ ਕਰਦਾ ਸੀ ਬੰਦਿਆਂ ਦੇ ਮਾਰ ਕੁੱਟ ਕਰਦਾ ਸੀ ਤੇ ਇਹਦੇ ਕਰਕੇ ਆਪਾਂ ਬੇਦਖਲ ਕਰਤਾ ਤੇ ਮਤਲਬ ਸ਼ੁਰੂ ਤੋਂ ਹੀ ਨਹੀਂ ਸੀਗਾ ਜੀ ਬਿਲਕੁਲ ਹੀ ਨਾ ਜੀ ਵਿਆਹ ਹੋ ਰਿਹਾ ਬੱਚੇ ਉਹਦੇ ਦੋ ਅੱਛਾ ਹਾਂਜੀ ਅੱਡ ਕੀਤਾ ਹੋਇਆ ਸੀਗਾ ਜੀ ਕਿੰਨੇ ਭੈਣ ਭਰਾ ਨੇ ਮੇਰੇ ਬੱਚੇ 6 ਹੈ ਵੱਡਾ ਸਭ ਤੋਂ ਅੱਛਾ ਸਰ ਤੁਹਾਨੂੰ ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ ਵੀ ਉਹਦੇ 'ਚ ਕੋਈ ਲੱਗਦਾ ਵੀ ਸਹੀ ਕੀਤਾ ਜਾਂ ਕੀ ਹੋਇਆ ਵੀ ਇਹਦੇ ਬਾਰੇ ਜਨਾਬ ਮੈਨੂੰ ਨਹੀਂ ਪਤਾ ਕੋਈ ਮੈਂ ਝੂਠ ਨਹੀਂ ਆ ਜਾਂਦਾ ਮੈਂ ਦੇਖੇ ਨਹੀਂ ਜਦੋਂ ਅੱਖੀ ਦੇਖੇ ਨਹੀਂ ਮੈਂ ਕਹਿ ਕਿਵੇਂ ਸਕਦਾ ਸਾਨੂੰ ਤਾਂ ਮਹਾਰਾਜ ਖਬਰਾਂ ਚੱਲਣ ਡਈਆਂ ਸਵੇਰ ਦੀਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਹ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਗਿਰੀ ਦਾ ਕਰਦਾ ਜੀ ਸਰ ਕਿੱਥੇ ਰਹਿੰਦੇ ਕਿੱਥੇ ਹੋ ਜੀ ਇੰਦਰਾ ਕਲੋਨੀ ਮਾਛੀਵਾੜਾ ਸਾਹਿਬ ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਜਾਂ ਅੱਡ ਰਹਿੰਦਾ ਸੀ ਉਹ ਅੱਡ ਰਹਿੰਦਾ ਸੀ ਅੱਛਾ ਜੀ ਕਿੰਨੇ ਕੁ ਸਮੇਂ ਤੋਂ ਤੁਹਾਡੀ ਵਾਈਫ ਤੇ ਬੱਚੇ ਨਾਲ ਹੀ ਸੀਗੇ ਜਾਂ ਇਹਦੇ ਨਾਲ ਹੀ ਸੀਗੇ ਜਾਂ ਤੁਹਾਡੇ ਨਾਲ ਨਹੀਂ ਬੱਚੇ ਉੱਥੇ ਰਹਿੰਦੇ ਪਾਤੜੇ ਹੀ ਰਹਿੰਦੇ ਕਿਤੇ ਹੋ ਗਏ 7-8 ਸਾਲ ਹੋ ਗਏ 10 ਸਾਲ ਤੇ 7-8 ਸਾਲ ਦੇ ਦਰਮਿਆਨ ਉਹ ਤੁਹਾਡੇ ਤੋਂ ਆਇਆ ਕਦੀ ਗੱਲਬਾਤ ਕੀਤੀ ਉਹਨੇ ਨਾ ਸਾਡੇ ਕੋਲ ਨਹੀਂ ਆਉਂਦਾ ਹੈ ਅੱਛਾ ਜੀ ਹਾਂਜੀ ਤੇ ਇਹ ਮਤਲਬ ਗੱਲ ਕਰੀਏ ਪਹਿਲਾਂ ਵੀ ਕੋਈ ਕ੍ਰਾਈਮ ਕਰੂਮ ਕਰਦਾ ਜਿਵੇਂ ਲੁੱਟਾ ਖੋਹਾਂ ਕਰਦਾ ਸੀ ਕਿ ਹੁਣ ਹੀ ਮਤਲਬ ਹੋਇਆ ਸੀ ਪਤਾ ਨਹੀਂ ਜੀ ਪਹਿਲਾਂ ਕਰਦਾ ਸੀ ਕਿ ਨਹੀਂ ਕਰਦਾ ਸਾਨੂੰ ਨਹੀਂ ਇਹਦੇ ਬਾਰੇ ਤੇ ਇਹ ਤੁਸੀਂ ਬੇਦਖਲ ਕੀਤਾ ਤੁਸੀਂ ਕਹਿ ਰਹੇ ਹੋ 7-8 ਸਾਲ ਪਹਿਲਾਂ ਬੇਦਖਲ ਕਰਤਾ ਤੇ ਕਾਰਨ ਕੀ ਰਿਹਾ ਕਾਰਨ ਆਹੀ ਹਰਕਤਾਂ ਕਰਦਾ ਲੜਾਈ ਝਗੜੇ ਕਰਦਾ ਸੀ ਬੰਦਿਆਂ ਦੇ ਮਾਰ ਕੁੱਟ ਕਰਦਾ ਸੀ ਤੇ ਇਹਦੇ ਕਰਕੇ ਆਪਾਂ ਬੇਦਖਲ ਕਰਤਾ ਤੇ ਮਤਲਬ ਸ਼ੁਰੂ ਤੋਂ ਹੀ ਨਹੀਂ ਸੀਗਾ ਜੀ ਬਿਲਕੁਲ ਹੀ ਨਾ ਜੀ ਵਿਆਹ ਹੋ ਰਿਹਾ ਬੱਚੇ ਉਹਦੇ ਦੋ ਅੱਛਾ ਹਾਂਜੀ ਅੱਡ ਕੀਤਾ ਹੋਇਆ ਸੀਗਾ ਜੀ ਕਿੰਨੇ ਭੈਣ ਭਰਾ ਨੇ ਮੇਰੇ ਬੱਚੇ 6 ਹੈ ਵੱਡਾ ਸਭ ਤੋਂ ਅੱਛਾ ਸਰ ਤੁਹਾਨੂੰ ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ ਵੀ ਉਹਦੇ 'ਚ ਕੋਈ ਲੱਗਦਾ ਵੀ ਸਹੀ ਕੀਤਾ ਜਾਂ ਕੀ ਹੋਇਆ ਵੀ ਇਹਦੇ ਬਾਰੇ ਜਨਾਬ ਮੈਨੂੰ ਨਹੀਂ ਪਤਾ ਕੋਈ ਮੈਂ ਝੂਠ ਨਹੀਂ ਆ ਜਾਂਦਾ ਮੈਂ ਦੇਖੇ ਨਹੀਂ ਜਦੋਂ ਅੱਖੀ ਦੇਖੇ ਨਹੀਂ ਮੈਂ ਕਹਿ ਕਿਵੇਂ ਸਕਦਾ ਸਾਨੂੰ ਤਾਂ ਮਹਾਰਾਜ ਖਬਰਾਂ ਚੱਲਣ ਡਈਆਂ ਸਵੇਰ ਦੀਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਹ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਗਿਰੀ ਦਾ ਕਰਦਾ ਜੀ ਸਰ ਕਿੱਥੇ ਰਹਿੰਦੇ ਕਿੱਥੇ ਹੋ ਜੀ ਇੰਦਰਾ ਕਲੋਨੀ ਮਾਛੀਵਾੜਾ ਸਾਹਿਬ ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਜਾਂ ਅੱਡ ਰਹਿੰਦਾ ਸੀ ਉਹ ਅੱਡ ਰਹਿੰਦਾ ਸੀ ਅੱਛਾ ਜੀ ਕਿੰਨੇ ਕੁ ਸਮੇਂ ਤੋਂ ਤੁਹਾਡੀ ਵਾਈਫ ਤੇ ਬੱਚੇ ਨਾਲ ਹੀ ਸੀਗੇ ਜਾਂ ਇਹਦੇ ਨਾਲ ਹੀ ਸੀਗੇ ਜਾਂ ਤੁਹਾਡੇ ਨਾਲ ਨਹੀਂ ਬੱਚੇ ਉੱਥੇ ਰਹਿੰਦੇ ਸੀ ਪਾਤੜੇ ਹੀ ਰਹਿੰਦੇ ਕਿਤੇ